ਤੁਹਾਡੇ ਜਿਹੜੇ ਆਰੋਪ ਲਾਏ ਗਏ ਕੀ ਕਹਿਣਾ ਤੁਹਾਡੇ ਸਰ ਉੱਤੇ? ਇਹ ਬਿਲਕੁਲ ਝੂਠ ਹੈ ਜੀ ਇਹ। ਬਿਲਕੁਲ ਕਿਆ ਕਾਰਨ ਹੋਇਆ ਜਿਹੜਾ ਇਹ ਆਰੋਪ ਲਾਇਆ? ਬਸ ਛੋਟਾ ਬੱਚਾ ਵੀ ਤਾਂ ਸਮਾਨ ਲੈਣ ਆਉਂਦਾ ਹੁੰਦਾ ਸੀ ਉਹ, ਅਤੇ ਪਰਸੋਂ ਚੌਥੇ ਮੈਨੂੰ ਸਮਾਨ ਜਵਾਬ ਦੇ, ਮੈਂ ਪਹਿਲਾਂ ਪਿਛਲੇ ਪੈਸੇ ਦਿਓ ਜੀ, ਉਹ ਜਾ ਕੇ ਮੰਮੀ ਨੂੰ ਪੁੱਛਾਂ ਕੀ ਕਿਹਾ ਕੀ ਨਹੀਂ ਉਸਨੇ ਜੀ, ਲਿਆ ਕੇ ਜੀ ਆਪਣੀ ਮੰਮੀ ਨੂੰ ਲਿਆ ਕੇ ਜੀ ਮੇਰੇ ਆਹ ਤੁਹਾਡੇ ਹਾਲ ਤੁਹਾਡੇ ਸਾਹਮਣੇ ਆਰੋਪ ਲਗਾਇਆ ਤਾਂ ਤੁਹਾਡਾ ਕਹਿਣਾ? ਪੁਲਿਸ ਦੇ ਸ਼ਿਕੰਜੇ ਦੇ ਵਿੱਚ ਤੁਰਿਆ ਆ ਰਿਹਾ ਇਹ ਸ਼ਖਸ ਦੁਕਾਨਦਾਰ ਹੈ, ਜਿਸ 'ਤੇ ਬੜੇ ਸੰਗੀਨ ਆਰੋਪ ਲੱਗੇ ਨੇ। ਦੱਸ ਦਈਏ ਕਿ ਇੱਕ ਵਿਦਿਆਰਥਣ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਇਸ ਦੁਕਾਨਦਾਰ 'ਤੇ ਲੱਗੇ ਨੇ। ਹਾਲਾਂਕਿ ਇਸ ਦੇ ਵੱਲੋਂ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ। ਸਕੂਲ ਦਾ ਸਮਾਨ ਲੈਣ ਦੇ ਲਈ ਇੱਕ 6ਵੀਂ ਕਲਾਸ ਦੀ ਵਿਦਿਆਰਥਣ ਦੁਕਾਨ 'ਤੇ ਗਈ, ਜਿੱਥੇ ਇਸ ਦੁਕਾਨਦਾਰ ਦੇ ਵੱਲੋਂ ਛੇੜਖਾਨੀ ਕੀਤੀ ਗਈ, ਜਿਸ ਤੋਂ ਬਾਅਦ ਬੱਚੀ ਦੀ ਮਾਂ ਆਈ, ਬਹਿਸਬਾਜ਼ੀ ਹੋਈ, ਤਾਂ ਆਖਿਰਕਾਰ ਬੱਚੀ ਦੀ ਮਾਂ ਦੇ ਬਿਆਨਾਂ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਦੁਕਾਨਦਾਰ ਨੂੰ ਹੁਣ ਗ੍ਰਿਫਤਾਰ ਕਰ ਲਿਆ। ਹੌਸਪੀਟਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ, ਉਸ ਤੋਂ ਬਾਅਦ ਸਮਾਣਾ ਦੀ ਕੋਰਟ ਦੇ ਵਿੱਚ ਇਸ ਨੂੰ ਪੇਸ਼ ਕੀਤਾ ਗਿਆ। ਲਿਹਾਜ਼ਾ ਪੁਲਿਸ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਸ ਤੋਂ ਪੁੱਛ ਪੜਤਾਲ ਹੋਵੇਗੀ। ਦੁਕਾਨਦਾਰ ਦੇ ਖਿਲਾਫ 354 ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। 6ਵੀਂ ਕਲਾਸ ਦੇ ਵਿੱਚ ਵਿਦਿਆਰਥਣ ਪੜ੍ਹਦੀ ਸੀ, ਜੋ ਇਸ ਦੀ ਦੁਕਾਨ ਤੋਂ ਸਮਾਨ ਲੈਣ ਗਈ ਸੀ, ਤਾਂ ਉੱਥੇ ਛੇੜਖਾਨੀ ਇਸ ਦੁਕਾਨਦਾਰ ਦੇ ਵੱਲੋਂ ਕੀਤੀ ਗਈ। ਇਹ ਇਲਜ਼ਾਮ ਨੇ ਜਿਹੜੇ ਇਸ 'ਤੇ ਲੱਗੇ ਹੋਏ ਨੇ। ਹਾਲਾਂਕਿ ਜਾਂਚ ਪੜਤਾਲ ਹੋਵੇਗੀ, ਜਿਸ ਤੋਂ ਬਾਅਦ ਪੂਰੇ ਮਾਮਲੇ ਦਾ ਪਰਦਾ ਫਾਸ਼ ਹੋਵੇਗਾ। ਫਿਲਹਾਲ ਇਸ ਨੂੰ ਮੈਡੀਕਲ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਤੁਹਾਡੇ ਜਿਹੜੇ ਆਰੋਪ ਲਾਏ ਗਏ ਕੀ ਕਹਿਣਾ ਤੁਹਾਡੇ ਸਰ ਉੱਤੇ? ਇਹ ਬਿਲਕੁਲ ਝੂਠ ਹੈ ਜੀ ਇਹ। ਬਿਲਕੁਲ ਕਿਆ ਕਾਰਨ ਹੋਇਆ ਜਿਹੜਾ ਇਹ ਆਰੋਪ ਲਾਇਆ? ਬਸ ਛੋਟਾ ਬੱਚਾ ਵੀ ਤਾਂ ਸਮਾਨ ਲੈਣ ਆਉਂਦਾ ਹੁੰਦਾ ਸੀ ਉਹ, ਅਤੇ ਪਰਸੋਂ ਚੌਥੇ ਮੈਨੂੰ ਸਮਾਨ ਜਵਾਬ ਦੇ, ਮੈਂ ਪਹਿਲਾਂ ਪਿਛਲੇ ਪੈਸੇ ਦਿਓ ਜੀ, ਉਹ ਜਾ ਕੇ ਮੰਮੀ ਨੂੰ ਪੁੱਛਾਂ ਕੀ ਕਿਹਾ ਕੀ ਨਹੀਂ ਉਸਨੇ ਜੀ, ਲਿਆ ਕੇ ਜੀ ਆਪਣੀ ਮੰਮੀ ਨੂੰ ਲਿਆ ਕੇ ਜੀ ਮੇਰੇ ਆਹ ਤੁਹਾਡੇ ਹਾਲ ਤੁਹਾਡੇ ਸਾਹਮਣੇ ਆਰੋਪ ਲਗਾਇਆ ਤਾਂ ਤੁਹਾਡਾ ਕਹਿਣਾ? ਹਾਂਜੀ ਤੁਹਾਡਾ ਕਹਿਣਾ, ਮਤਲਬ ਗਲਤ ਆਰੋਪ ਲਗਾਏ ਤੁਹਾਡੇ? ਬਿਲਕੁਲ 100 ਗਲਤ ਜੀ। ਤੁਹਾਡੇ ਜਿਹੜੇ ਆਰੋਪ ਲਾਏ ਗਏ ਕੀ ਕਹਿਣਾ ਤੁਹਾਡੇ ਸਰ ਉੱਤੇ? ਇਹ ਬਿਲਕੁਲ ਝੂਠ ਹੈ ਜੀ ਇਹ। ਬਿਲਕੁਲ ਕਿਆ ਕਾਰਨ ਹੋਇਆ ਜਿਹੜਾ ਇਹ ਆਰੋਪ ਲਾਇਆ? ਬਸ ਛੋਟਾ ਬੱਚਾ ਵੀ ਤਾਂ ਸਮਾਨ ਲੈਣ ਆਉਂਦਾ ਹੁੰਦਾ ਸੀ ਉਹ, ਅਤੇ ਪਰਸੋਂ ਚੌਥੇ ਮੈਨੂੰ ਸਮਾਨ ਜਵਾਬ ਦੇ, ਮੈਂ ਪਹਿਲਾਂ ਪਿਛਲੇ ਪੈਸੇ ਦਿਓ ਜੀ, ਉਹ ਜਾ ਕੇ ਮੰਮੀ ਨੂੰ ਪੁੱਛਾਂ ਕੀ ਕਿਹਾ ਕੀ ਨਹੀਂ ਉਸਨੇ ਜੀ, ਲਿਆ ਕੇ ਜੀ ਆਪਣੀ ਮੰਮੀ ਨੂੰ ਲਿਆ ਕੇ ਜੀ ਮੇਰੇ ਆਹ ਤੁਹਾਡੇ ਹਾਲ ਤੁਹਾਡੇ ਸਾਹਮਣੇ ਆਰੋਪ ਲਗਾਇਆ ਤਾਂ ਤੁਹਾਡਾ ਕਹਿਣਾ? ਪੁਲਿਸ ਦੇ ਸ਼ਿਕੰਜੇ ਦੇ ਵਿੱਚ ਤੁਰਿਆ ਆ ਰਿਹਾ ਇਹ ਸ਼ਖਸ ਦੁਕਾਨਦਾਰ ਹੈ, ਜਿਸ 'ਤੇ ਬੜੇ ਸੰਗੀਨ ਆਰੋਪ ਲੱਗੇ ਨੇ। ਦੱਸ ਦਈਏ ਕਿ ਇੱਕ ਵਿਦਿਆਰਥਣ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਇਸ ਦੁਕਾਨਦਾਰ 'ਤੇ ਲੱਗੇ ਨੇ। ਹਾਲਾਂਕਿ ਇਸ ਦੇ ਵੱਲੋਂ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ। ਸਕੂਲ ਦਾ ਸਮਾਨ ਲੈਣ ਦੇ ਲਈ ਇੱਕ 6ਵੀਂ ਕਲਾਸ ਦੀ ਵਿਦਿਆਰਥਣ ਦੁਕਾਨ 'ਤੇ ਗਈ, ਜਿੱਥੇ ਇਸ ਦੁਕਾਨਦਾਰ ਦੇ ਵੱਲੋਂ ਛੇੜਖਾਨੀ ਕੀਤੀ ਗਈ, ਜਿਸ ਤੋਂ ਬਾਅਦ ਬੱਚੀ ਦੀ ਮਾਂ ਆਈ, ਬਹਿਸਬਾਜ਼ੀ ਹੋਈ, ਤਾਂ ਆਖਿਰਕਾਰ ਬੱਚੀ ਦੀ ਮਾਂ ਦੇ ਬਿਆਨਾਂ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਦੁਕਾਨਦਾਰ ਨੂੰ ਹੁਣ ਗ੍ਰਿਫਤਾਰ ਕਰ ਲਿਆ। ਹੌਸਪੀਟਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ, ਉਸ ਤੋਂ ਬਾਅਦ ਸਮਾਣਾ ਦੀ ਕੋਰਟ ਦੇ ਵਿੱਚ ਇਸ ਨੂੰ ਪੇਸ਼ ਕੀਤਾ ਗਿਆ। ਲਿਹਾਜ਼ਾ ਪੁਲਿਸ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਸ ਤੋਂ ਪੁੱਛ ਪੜਤਾਲ ਹੋਵੇਗੀ। ਦੁਕਾਨਦਾਰ ਦੇ ਖਿਲਾਫ 354 ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। 6ਵੀਂ ਕਲਾਸ ਦੇ ਵਿੱਚ ਵਿਦਿਆਰਥਣ ਪੜ੍ਹਦੀ ਸੀ, ਜੋ ਇਸ ਦੀ ਦੁਕਾਨ ਤੋਂ ਸਮਾਨ ਲੈਣ ਗਈ ਸੀ, ਤਾਂ ਉੱਥੇ ਛੇੜਖਾਨੀ ਇਸ ਦੁਕਾਨਦਾਰ ਦੇ ਵੱਲੋਂ ਕੀਤੀ ਗਈ। ਇਹ ਇਲਜ਼ਾਮ ਨੇ ਜਿਹੜੇ ਇਸ 'ਤੇ ਲੱਗੇ ਹੋਏ ਨੇ। ਹਾਲਾਂਕਿ ਜਾਂਚ ਪੜਤਾਲ ਹੋਵੇਗੀ, ਜਿਸ ਤੋਂ ਬਾਅਦ ਪੂਰੇ ਮਾਮਲੇ ਦਾ ਪਰਦਾ ਫਾਸ਼ ਹੋਵੇਗਾ। ਫਿਲਹਾਲ ਇਸ ਨੂੰ ਮੈਡੀਕਲ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਤੁਹਾਡੇ ਜਿਹੜੇ ਆਰੋਪ ਲਾਏ ਗਏ ਕੀ ਕਹਿਣਾ ਤੁਹਾਡੇ ਸਰ ਉੱਤੇ? ਇਹ ਬਿਲਕੁਲ ਝੂਠ ਹੈ ਜੀ ਇਹ। ਬਿਲਕੁਲ ਕਿਆ ਕਾਰਨ ਹੋਇਆ ਜਿਹੜਾ ਇਹ ਆਰੋਪ ਲਾਇਆ? ਬਸ ਛੋਟਾ ਬੱਚਾ ਵੀ ਤਾਂ ਸਮਾਨ ਲੈਣ ਆਉਂਦਾ ਹੁੰਦਾ ਸੀ ਉਹ, ਅਤੇ ਪਰਸੋਂ ਚੌਥੇ ਮੈਨੂੰ ਸਮਾਨ ਜਵਾਬ ਦੇ, ਮੈਂ ਪਹਿਲਾਂ ਪਿਛਲੇ ਪੈਸੇ ਦਿਓ ਜੀ, ਉਹ ਜਾ ਕੇ ਮੰਮੀ ਨੂੰ ਪੁੱਛਾਂ ਕੀ ਕਿਹਾ ਕੀ ਨਹੀਂ ਉਸਨੇ ਜੀ, ਲਿਆ ਕੇ ਜੀ ਆਪਣੀ ਮੰਮੀ ਨੂੰ ਲਿਆ ਕੇ ਜੀ ਮੇਰੇ ਆਹ ਤੁਹਾਡੇ ਹਾਲ ਤੁਹਾਡੇ ਸਾਹਮਣੇ ਆਰੋਪ ਲਗਾਇਆ ਤਾਂ ਤੁਹਾਡਾ ਕਹਿਣਾ? ਹਾਂਜੀ ਤੁਹਾਡਾ ਕਹਿਣਾ, ਮਤਲਬ ਗਲਤ ਆਰੋਪ ਲਗਾਇਆ ਤੁਹਾਡੇ? ਬਿਲਕੁਲ 100 ਗਲਤ ਜੀ।